ਹੈਲੋ ਦੋਸਤੋ ਤੁਹਾਡਾ ਸਾਰਿਆਂ ਦਾ ਸਾਡੇ ਇਸ ਚੈਨਲ ਜਨਰਲ ਨੌਲੇਜ ਵਿਲਾ ਉੱਪਰ ਬਹੁਤ ਸਵਾਗਤ ਹੈ ਤਾਂ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਮੈਂ ਤੁਹਾਡੇ ਲਈ ਬਹੁਤ ਹੀ ਵੱਡੀ ਖੁਸ਼ਖਬਰੀ ਲੈ ਕੇ ਆਇਆ ਹਾਂ ਹਾਂ ਦੋਸਤੋ ਜਿਹੜੀਆਂ ਅਸਾਮੀਆਂ ਦਾ ਤੁਹਾਨੂੰ ਬੇਸਬਰੀ ਨਾਲ ਇੰਤਜ਼ਾਰ ਸੀ ਉਹਨਾਂ ਦੇ ਲਈ ਆਫੀਸ਼ੀਅਲ ਐਡਵਰਟਾਈਜ਼ਮੈਂਟ ਜਿਹੜੀ ਜਾਰੀ ਕਰ ਦਿੱਤੀ ਗਈ ਹੈ ਤਾਂ ਦੋਸਤੋ ਹਾਂਜੀ ਇਹ ਨੇ ਪਟਵਾਰੀ ਦੀਆਂ ਪੁਰਤੀਆਂ ਬਾਰੇ ਜਿਹੜੀ ਐਡਵਰਟਾਈਜ਼ਮੈਂਟ ਆ ਚੁੱਕੀ ਹੈ ਤੁਹਾਨੂੰ ਮੈਂ ਇਸ ਐਡਵਰਟਾਈਜ਼ਮੈਂਟ ਉੱਪਰ ਲੈ ਜਾਵਾਂ ਉਸ ਤੋਂ ਪਹਿਲਾਂ ਮੈਂ ਚਾਹਣਾ ਹਾਂ ਕਿ ਜੇਕਰ ਤੁਸੀਂ ਸਾਡੇ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਪਲੀਜ਼ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਆਉਣ ਵਾਲੀ ਹਰ ਇੱਕ ਜੌਬ ਬਾਰੇ ਅਪਡੇਟ ਸਭ ਤੋਂ ਪਹਿਲਾਂ ਅਤੇ ਟਾਈਮ ਟੂ ਟਾਈਮ ਮਿਲ ਸਕੇ ਤਾਂ ਦੋਸਤੋ ਮੈਂ ਤੁਹਾਨੂੰ ਇੱਥੇ ਦੱਸ ਦੇਣਾ ਚਾਹੁੰਦਾ ਹਾਂ ਕਿ ਸਾਡੇ ਇਸ ਚੈਨਲ ਉੱਪਰ ਜੋ ਪਟਵਾਰੀ ਲਈ ਜੀਕੇ ਅਤੇ ਹੋਰ ਸਬਜੈਕਟਸ ਰਿਲੇਟਡ ਤਿਆਰੀ ਵੀ ਕਰਵਾਈ ਜਾਵੇਗੀ ਤਾਂ ਪਲੀ ਤੁਸੀਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਹੁਣ ਮੈਂ ਤੁਹਾਨੂੰ ਆਫੀਸ਼ੀਅਲ ਐਡਵਰਟਾਈਜ਼ਮੈਂਟ ਉੱਪਰ ਲੈ ਚੱਲਦਾ ਹਾਂ ਤਾਂ ਦੋਸਤੋ ਅੱਜ 14 ਜਨਵਰੀ ਨੂੰ ਇਹ ਜਿਹੜੀ ਨਿਊਜ਼ ਅਖਬਾਰ ਦੇ ਵਿੱਚ ਆਈ ਹੈ ਕਿ ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਮਾਲ ਪਟਵਾਰੀ ਜ਼ਿਲ੍ਹੇਦਾਰ ਅਤੇ ਨਹਿਰੀ ਪਟਵਾਰੀ ਦੀਆਂ 1152 ਅਸਾਮੀਆਂ ਨੂੰ ਸਿੱਧੀ ਭਰਤੀ ਰਾਹੀਂ ਭਰਨ ਲਈ ਠੀਕ ਹੈ ਜੀ ਪੰਜਾਬ triplesb.gov.in ਤੇ ਯੋਗ ਉਮੀਦਵਾਰਾਂ ਤੋਂ ਮਿਤੀ 14/1/2021 ਤੋਂ 11/2/2021 ਸ਼ਾਮ 5 ਵਜੇ ਤੱਕ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ ਤਾਂ ਦੋਸਤੋ 1152 ਅਸਾਮੀਆਂ ਆ ਚੁੱਕੀਆਂ ਨੇ ਪੰਜਾਬ triplesb. gov.in ਤੇ ਜਾ ਕੇ ਤੁਸੀਂ 14 1 2021 ਤੋਂ 11 2 2021 ਤੱਕ ਆਨਲਾਈਨ ਅਰਜ਼ੀਆਂ ਜਿਹੜੀਆਂ ਆਪਣੀਆਂ ਫਿਲ ਕਰ ਸਕਦੇ ਹੋ ਠੀਕ ਹੈ ਜੀ ਇਨਾ ਲਈ ਜਿਹੜਾ ਵਿਸਤਾਰਪੂਰਵਕ ਨੋਟਿਸ ਜਲਦ ਹੀ ਇਹਨਾਂ ਦੀ ਵੈਬਸਾਈਟ ਉੱਪਰ ਜਾਰੀ ਕਰ ਦਿੱਤਾ ਜਾਵੇਗਾ ਜਦੋਂ ਵੀ ਇਹ ਜਿਹੜਾ ਆਫੀਸ਼ੀਅਲ ਨੋਟੀਫਿਕੇਸ਼ਨ ਇਹਨਾਂ ਦੀ ਵੈਬਸਾਈਟ ਉੱਪਰ ਆਉਂਦਾ ਹੈ ਵਿਸਤਾਰਪੂਰਵਕ ਅਤੇ ਤੁਹਾਨੂੰ ਸਾਰੀ ਜਾਣਕਾਰੀ ਠੀਕ ਹੈ ਜੀ ਵਿਦਿਅਕ ਯੋਗਤਾ ਉਮਰ ਸੀਮਾ ਠੀਕ ਹੈ ਚੋਣ ਵਿਧੀ ਸਾਰਾ ਕੁਝ ਤੁਹਾਨੂੰ ਇਸ ਚੈਨਲ ਉੱਪਰ ਵਿਸਤਾਰਪੂਰਵਕ ਦੱਸਿਆ ਜਾਵੇਗਾ ਤੇ ਤੁਸੀਂ ਸਾਡੇ ਇਸ ਚੈਨਲ ਨਾਲ ਲਗਾਤਾਰ ਜੁੜੇ ਰਹਿਣਾ ਹੈ ਤਾਂ ਦੋਸਤੋ ਤੁਹਾਨੂੰ ਇਸ ਭਰਤੀ ਦਾ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਸੀ 2-3 ਸਾਲ ਤੋਂ ਹੀ ਇਹ ਭਰਤੀਆਂ ਬਾਰੇ ਜੋ ਤਰ੍ਹਾਂ-ਤਰ੍ਹਾਂ ਦੀਆਂ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਸੀ ਤਾਂ ਅੱਜ ਇਹਨਾਂ ਨੇ ਇੱਥੇ ਜਿਹੜਾ ਆਫੀਸ਼ੀਅਲ ਐਡਵਰਟਾਈਜ਼ਮੈਂਟ ਇਸ ਇਹਨਾਂ ਭਰਤੀਆਂ ਵਾਸਤੇ 트리플 ਐਸ ਬੋਰਡ ਵੱਲੋਂ ਜਿਹੜਾ ਜਾਰੀ ਕਰ ਦਿੱਤਾ ਗਿਆ ਹੈ ਤੇ ਤੁਸੀਂ ਹੁਣ ਆਪਣੀ ਤਿਆਰੀ ਚੰਗੀ ਤਰ੍ਹਾਂ ਕਰਨੀ ਹੈ ਅਤੇ ਜਿਹੜੇ ਕੈਂਡੀਡੇਟਸ ਇਹਨਾਂ ਲਈ ਇਸ ਮਹੀਨਿਆਂ ਤੇ ਸਾਲਾਂ ਤੋਂ ਤਿਆਰੀ ਕਰ ਰਹੇ ਸੀ ਉਹਨਾਂ ਲਈ ਇਹ ਬਹੁਤ ਹੀ ਵੱਡੀ ਅਤੇ ਵਧੀਆ ਖਬਰ ਹੈ ਤਾਂ ਦੋਸਤੋ ਤੁਸੀਂ ਹੁਣ ਆਪਣੀ ਜਿਹੜੀ ਤਿਆਰੀ ਲਗਾਤਾਰ ਜਾਰੀ ਰੱਖਣੀ ਹੈ ਤਾਂ ਇਹਨਾਂ ਦਾ ਜਦੋਂ ਵੀ ਪੂਰਾ ਆਫੀਸ਼ੀਅਲ ਨੋਟੀਫਿਕੇਸ਼ਨ ਆਉਂਦਾ ਹੈ ਤੇ ਮੈਂ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਆਪਣੇ ਇਸ ਚੈਨਲ ਤੇ ਦੇ ਦਵਾਂਗਾ ਤਾਂ ਦੋਸਤੋ ਇਹ ਸੀ ਅਧਿਨ ਸੇਵਾਮਾਂ ਚੋਣ ਬੋਰਡ ਵੱਲੋਂ ਆਈਆਂ ਪਟਵਾਰੀਆਂ ਦੀਆਂ ਅਸਾਮੀਆਂ ਬਾਰੇ ਜਾਣਕਾਰੀ ਅਤੇ ਹੋਰਨਾਂ ਅਸਾਮੀਆਂ ਦੀ ਜਾਣਕਾਰੀ ਲਈ ਤੁਸੀਂ ਸਾਡੇ ਇਸ ਚੈਨਲ ਨਾਲ ਲਗਾਤਾਰ ਜੁੜੇ ਰਹੋ ਤੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ